ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਸਾਥੀਓ ਮੈਂ ਪੀ ਐਸ ਐਸ ਐਮ ਬਲੇਸਿੰਗਸ ਟੀਮ ਤੋਂ ਆ ਪੰਜਾਬ ਤੋਂ ਸਰਬਜੀਤ ਕੌਰ ਇਹ ਮੇਰੀ ਆਡੀਓ ਨੰਬਰ 17 ਜਿਹਦੇ 'ਤੇ ਆਪਾਂ ਗੱਲ ਕਰ ਰਹੇ ਹਾਂ ਸੁਭਾਸ਼ ਪਤਲੀ ਸਦੀ ਸੰਦੇਸ਼ਾਂ ਵਾਲੀ ਕਿਤਾਬ ਆਤਮ ਯੋਗੀ ਬਣੋ ਬਾਰੇ ਇਹਦੇ ਵਿੱਚ ਸਾਦੇ ਸਾਰੇ ਧਿਆਨ ਮਹਾ ਚੱਕਰਾਂ ਦੇ ਦੌਰਾਨ ਜੋ ਦਿੱਤੇ ਹੋਏ ਸੰਦੇਸ਼ ਨੇ ਉਹ ਦਰਜ ਨੇ ਜਿਹੜੇ ਕਿ ਉਹਨਾਂ ਨੇ ਤੇਲ ਕੋ ਵਿੱਚ ਦਿੱਤੇ ਸੀ ਜਿੰਨਾ ਦਾ ਧੰਨਵਾਦ ਪਹਿਲਾਂ ਹਿੰਦੀ ਵਿੱਚ ਕੀਤਾ ਗਿਆ ਤੇ ਫਿਰ ਪੰਜਾਬੀ ਵਿੱਚ ਕੀਤਾ ਗਿਆ ਅੱਜ ਦੇ ਆਡੀਅன்ஸ் ਜੋ ਆਪਾਂ ਗੱਲ ਕਰ ਰਹੇ ਹਾਂ ਦੂਜੇ ਧਿਆਨ ਮਹਾ ਚੱਕਰ 'ਚ ਜੋ ਕਿ 2011 ਨੂੰ ਹੋਇਆ ਸੀ ਵਿਸ਼ਾਖਾ ਪਟਨਾਮ 'ਚ ਉਦੋਂ ਬ੍ਰਹਮੇਸ਼ਿਸ਼ ਵਾਸ਼ਪਤਰੀ ਸਰ ਨੇ 29 ਦਸੰਬਰ ਨੂੰ ਇਹ ਸੰਦੇਸ਼ ਦਿੱਤਾ ਸੀ ਅੱਠਵੇਂ ਧਰਮ ਬਾਰੇ ਵਿਨੈ ਧਰਮ ਜਿਹਦਾ ਮਤਲਬ ਹੈ ਵਿਨਮਰਤਾ ਉਹ ਕਹਿੰਦੇ ਨੇ ਹਰ ਵਿਅਕਤੀ ਨੂੰ ਦੂਜਿਆਂ ਦੇ ਨਾਲ ਵਿਰਮਰਤਾ ਨਾਲ ਰਹਿਣਾ ਚਾਹੀਦਾ ਹੈ। ਵਿਦਿਆ ਦਦਾਤੀ ਵਿਨਯਮ ਕਿ ਵਿਦਿਆ ਤੋਂ ਹੀ ਵਿਨੈ ਆਉਂਦਾ ਹੈ, ਵਿਨਮਰਤਾ ਆਉਂਦੀ ਹੈ। ਤੇ ਜਿੰਨਾ ਕੋਲ ਜਿੰਨਾ ਗਿਆਨ ਜ਼ਿਆਦਾ ਹੈ, ਉਹਨਾਂ ਦੇ ਕੋਲ ਓਨੀ ਹੀ ਵਿਨਮਰਤਾ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਤੇ ਵਿਦਿਆ ਦੇ ਨਾਲ ਅਹੰਕਾਰ ਕਦੇ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਸਮਝਣਾ ਕਿ ਮੈਂ ਹੀ ਚੰਗਾ ਸਤਾਰ ਪਜਾ ਸਕਦੀ ਹਾਂ। ਬਜਾ ਸਕਦਾ ਇਹ ਸੋਚਣਾ ਹੰਕਾਰ ਹੈ ਵਿਦਿਆ ਵਿਨਮਰਤਾ ਦਿੰਦੀ ਹੈ ਤੇ ਤਨ ਹੰਕਾਰ ਦਿੰਦਾ ਜਿੰਨੀ ਜ਼ਿਆਦਾ ਪੜ੍ਹਾਈ ਉਹਨਾਂ ਜ਼ਿਆਦਾ ਹੰਕਾਰ ਜਿੰਨਾ ਜ਼ਿਆਦਾ ਤਨ ਉਹਨਾਂ ਜ਼ਿਆਦਾ ਹੰਕਾਰ ਸੰਸਾਰਿਕ ਵਿਦਿਆ ਹੰਕਾਰ ਦਿੰਦੀ ਹੈ ਪਰ ਅਧਿਆਤਮਿਕ ਵਿਦਿਆ ਵਿਨਮਰਤਾ ਦਿੰਦੀ ਹੈ ਜੋ ਅਧਿਆਤਮਿਕ ਹੈ ਉਹ ਜ਼ਿਆਦਾ ਧਿਆਨ ਕਰਦਾ ਹੈ ਤੇ ਉਹ ਜ਼ਿਆਦਾ ਵਿਨਮਰਤਾ ਦੇ ਵਿੱਚ ਰਹਿੰਦਾ ਹੈ ਇੱਥੇ ਉਹਨਾਂ ਨੇ ਉਦਾਹਰਣ ਦਿੱਤੀ ਹੈ ਧਰਮਰਾਜ 유ਦਿਸ਼ਥਰ ਦੀ ਕਹਿੰਦੇ ਮਹਾਪਾਰਤ ਦੇ ਜੁੱਧ ਨੂੰ ਜਦੋਂ 10 ਦਿਨ ਹੋ ਗਏ ਤੇ ਪੀਸ਼ਮ ਪਿਤਾਮਾ ਜੀ ਮਰ ਨਹੀਂ ਰਹੇ ਸੀ ਤਾਂ ਧਰਮਰਾਜ ਜੀ ਨੇ ਪੀਸ਼ਮ ਪਿਤਾਮਾ ਜੀ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਆਪਣੇ ਮਰਨ ਦੀ ਵਿਧੀ ਦੱਸੋ ਮੈਂ ਤੁਹਾਨੂੰ ਮਾਰਨਾ ਹੈ ਤਾਂ ਪੀਸ਼ਮ ਪਿਤਾਮਾ ਜੀ ਨੇ ਬਹੁਤ ਖੁਸ਼ੀ ਨਾਲ ਉਹਨਾਂ ਨੂੰ ਕਿਹਾ ਕਿ ਤੁਹਾਡੇ ਅੰਦਰ ਕਿੰਨੀ ਵੀ ਨਮਰਤਾ ਹੈ ਜੇ ਇੰਨੀ ਵੀ ਨਮਰਤਾ ਨਾਲ ਪੁੱਛੋਗੇ ਤਾਂ ਤੁਹਾਡੇ ਸਾਹਮਣੇ ਕੋਈ ਵੀ ਖੁਸ਼ੀ ਨਾਲ ਮਰ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਤੁਸੀਂ ਮਾਰਨਾ ਹੈ ਤਾਂ ਮੇਰੇ ਸਾਹਮਣੇ ਇੱਕ ਨਪੁੰਸਕ ਨੂੰ ਖੜਾ ਕਰ ਦਿਓ ਮੈਂ ਉਹਦੇ ਤੇ ਹਥਿਆਰ ਨਹੀਂ ਚਲਾ ਸਕਦਾ ਤਾਂ ਹੀ ਮੇਰੀ ਮੌਤ ਹੋਣਾ ਸੰਭਵ ਹੈ ਇੱਥੇ ਜੇ ਆਪਾਂ ਦੇਖੀਏ ਤਾਂ ਜੇ ਧਰਮਰਾਜ ਜੀ ਨੇ ਹੰਕਾਰ ਨਾਲ ਪੁੱਛਿਆ ਹੁੰਦਾ ਤਾਂ ਭਿਸ਼ਮ ਪਿਤਾ ਮਾ ਉਹਨਾਂ ਨੂੰ ਕਦੇ ਵੀ ਆਪਣੇ ਮੌਤ ਦਾ ਰਾਜ਼ ਨਾ ਦੱਸਦੇ ਆਪਾਂ ਜਿੰਨਾ ਜ਼ਿਆਦਾ ਧਿਆਨ ਕਰਦੇ ਹਾਂ ਉਨੀ ਸਾਡੇ ਅੰਦਰ ਵੀ ਨਮਰਤਾ ਹੋਣੀ ਚਾਹੀਦੀ ਹੈ ਜੇ ਸਾਡੇ ਅੰਦਰ ਬినਮਰਤਾ ਨਹੀਂ ਆ ਰਹੀ ਤਾਂ ਆਪ ਆਤਮਿਕ ਅਵਤਾਰਮ ਕਰ ਰਹੇ ਹਾਂ ਹੁਣ ਇੱਥੇ ਸਾਥੀਓ ਮੈਨੂੰ ਇੱਕ ਹੋਰ ਉਦਾਹਰਣ ਯਾਦ ਆ ਰਹੀ ਹੈ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਉਹਨਾਂ ਦੀ ਦਾੜੀ ਕਾਫੀ ਲੰਬੀ ਸੀ ਇੱਕ ਵਾਰ ਉਹਨਾਂ ਨੂੰ ਮਿਲਣ ਲਈ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਜੀ ਆਏ ਤੇ ਉਹਨਾਂ ਨੇ ਮਜ਼ਾਕ ਵਿੱਚ ਕਿਹਾ ਗੁਰੂ ਰਾਮਦਾਸ ਜੀ ਨੂੰ ਕਿ ਤੁਸੀਂ ਆ ਇੰਨੀ ਲੰਬੀ ਦਾੜ੍ਹੀ ਕਿਉਂ ਵਧਾਈ ਹੋਈ ਹੈ ਤਾਂ ਗੁਰੂ ਰਾਮਦਾਸ ਜੀ ਨੇ ਜਵਾਬ ਦਿੱਤਾ ਕਿ ਮਹਾਰਾਜ ਥੋਡੇ ਵਰਗੇ ਮਹਾਪੁਰਸ਼ਾਂ ਦੇ ਪੈਰ ਝਾੜਨ ਲਈ ਵਧਾਈ ਹੈ ਤੇ ਨਾਲ ਹੀ ਉਹਨਾਂ ਨੇ ਆਪਣੀ ਦਾੜ੍ਹੀ ਨਾਲ ਉਹਨਾਂ ਦੇ ਪੈਰ ਝਾੜਨੇ ਸ਼ੁਰੂ ਕਰ ਦਿੱਤੇ ਤਾਂ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਕਿਹਾ ਕਿ ਇਸੇ ਵਿਨਮਰਤਾ ਕਰਕੇ ਤਾਂ ਤੁਸੀਂ ਸਾਡੇ ਤੋਂ ਸਾਡੀ ਕੱਦੀ ਲੈ ਲਈ ਤਾਂ ਸਾਥੀਓ ਵਿਨਮਰਤਾ ਕੀ ਕੁਝ ਕਰ ਦਿੰਦੀ ਹੈ ਇਹ ਰਾਜ ਦਵਾ ਦਿੰਦੀ ਹੈ ਇਹ ਗੱਦੀਆਂ ਦਵਾਉਂਦੀ ਹੈ ਅੱਜ ਸਰ ਕਹਿੰਦੇ ਨੇ ਸਰੀਰ ਦੇ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਹ ਸਵੈ ਧਰਮ ਤੇ ਪਰ ਧਰਮ ਦੇ ਵਿੱਚ ਹੈ ਕਿਉਂਕਿ ਸਰੀਰ ਸਾਡਾ ਹੈ ਤੇ ਸਾਡਾ ਨਹੀਂ ਵੀ ਹੈ ਡਾਕਟਰ ਦੇ ਕੋਲ ਸਾਡਾ ਨਹੀਂ ਜਾਣਾ ਚਾਹੀਦਾ ਕਹਿੰਦੇ ਨੇ ਦਵਾਈ ਨਹੀਂ ਲੈਣੀ ਚਾਹੀਦੀ ਸਾਨੂੰ ਧਿਆਨ ਕਰਕੇ ਹੀ ਆਪਣੇ ਸਰੀਰ ਨੂੰ ਅੰਦਰੋਂ ਠੀਕ ਕਰਨਾ ਚਾਹੀਦਾ ਹੈ ਸਾਨੂੰ ਪਿਰਾਮਿਡ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਲਈ ਸੰਗੀਤ ਸੁਣਨਾ ਚਾਹੀਦਾ ਹੈ ਗਾਣੇ ਸੁਣਨੇ ਚਾਹੀਦੇ ਨੇ ਤੇ ਸੰਗੀਤ ਵਜਾਉਣਾ ਵੀ ਚਾਹੀਦਾ ਸਰ ਕਹਿੰਦੇ ਨੇ ਮੈਂ ਹਮੇਸ਼ਾ ਸੰਗੀਤ ਸੁਣਦਾ ਰਹਿਣਾ ਇਸੇ ਲਈ ਮੈਂ ਤੰਦਰੁਸਤ ਰਹਿਣਾ ਮੇਰੇ ਅੰਦਰ ਹਮੇਸ਼ਾ ਸੰਗੀਤ ਚੱਲਦਾ ਰਹਿੰਦਾ ਹੈ ਉਹ ਕਹਿੰਦੇ ਨੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸੰਗੀਤ ਦਾ ਯੰਤਰ ਜੋ ਹੈ ਉਹ ਸਿੱਖਣਾ ਚਾਹੀਦਾ ਹੈ ਗਾਣਾ ਜ਼ਰੂਰ ਸਿੱਖਣਾ ਚਾਹੀਦਾ ਹੈ ਜਿਹਨੂੰ ਸੰਗੀਤ ਆਉਂਦਾ ਹੈ ਉਹ ਗਾ ਕੇ ਜਾਂ ਬੁਜਾ ਕੇ ਆਪਣਾ ਹੀ ਸੰਗੀਤ ਸੁਣ ਕੇ ਖੁਦ ਤੰਦਰੁਸਤ ਹੋ ਸਕਦਾ ਹੈ ਤੇ ਕਹਿੰਦੇ ਨੇ ਜਿਹਨੂੰ ਸੰਗੀਤ ਨਹੀਂ ਆਉਂਦਾ ਉਹ ਦੂਜਿਆਂ ਦਾ ਸੁਣ ਕੇ ਤੰਦਰੁਸਤ ਹੋ ਸਕਦਾ ਹੈ ਧਿਆਨ ਪੀਰਾਮਿਡ ਤੇ ਸੰਗੀਤ ਦੀ ਸ਼ਕਤੀ ਜਿਹੜੀ ਹੈ ਉਹ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਊਰਜਾਵਾਨ ਤੇ ਗਤੀਸ਼ੀਲ ਬਣਾਉਂਦੀ ਹੈ ਕਹਿੰਦੇ ਜਦੋਂ ਆਪਾਂ ਦੂਜਿਆਂ ਦਾ ਅਨੁਭਵ ਸੁਣਦੇ ਆਂ ਤੇ ਤਾੜੀ ਬਜਾਉਂਦੇ ਆਂ ਤਾਂ ਸਾਨੂੰ ਦੋ ਪ੍ਰਕਾਰ ਨਾਲ ਲਾਭ ਹੁੰਦੇ ਨੇ ਪਹਿਲਾ ਸਾਡੇ ਹੱਥਾਂ ਦਾ ਐਕੂਪ੍ਰੈਸ਼ਰ ਹੁੰਦਾ ਹੈ ਜਿਹਦੇ ਕਰਕੇ ਅਸੀਂ ਤੰਦਰੁਸਤ ਹੁੰਨੇ ਆਂ ਦੂਜਾ ਤਾੜੀ ਬਜਾ ਕੇ ਅਸੀਂ ਦੂਜਿਆਂ ਨੂੰ ਉਤਸ਼ਾਹਨ ਦਿੰਨੇ ਆਂ ਉਹਨਾਂ ਦਾ ਹੌਸਲਾ ਵਧਾਉਨੇ ਆਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਆਂ ਤਾਂ ਇਸ ਤਰ੍ਹਾਂ ਨਾਲ ਦੋਹਰਾ ਫਾਇਦਾ ਹੁੰਦਾ ਹੈ ਤੇ ਇਹੀ ਸਾਥੀਓ ਅੱਜ ਸਾ ਨੂੰ ਸਾਰ ਨੇ ਵਿਨਮਰਤਾ ਬਾਰੇ ਦੱਸਿਆ ਕਿ ਜੇ ਅਸੀਂ ਅੱਗੇ ਜਾਣਾ ਹੈ ਅਧਿਆਤਮਿਕ ਪੱਧਰ ਤੇ ਤਾਂ ਸਾਨੂੰ ਆਪਣੇ ਅੰਦਰ ਵਿਨਮਰਤਾ ਧਾਰਨ ਕਰਨੀ ਹੀ ਚਾਹੀਦੀ ਹੈ ਤਾਂ ਹੀ ਅਸੀਂ ਸੱਚੇ ਅਧਿਆਤਮਿਕ ਬੰਦੇ ਹਾਂ ਮੈਨੂੰ ਇਹਨੇ ਸਬਰ ਪਿਆਰ ਤੇ ਸ਼ਾਂਤੀ ਨਾਲ ਸੁਣੰਦੀ ਬਹੁਤ ਬਹੁਤ ਧੰਨਵਾਦ ਜਲਦੀ ਹੀ ਫੇਰ ਮਿਲਦੇ ਹਾਂ ਅਗਲੀ ਆਡੀਓ ਨਾਲ ਸਭ ਨੂੰ ਪਿਆਰ ਤੇ ਸਤਿਕਾਰਪੂਰੀ ਸਤਿ ਸ਼੍ਰੀ ਅਕਾਲ ਨਮਸਕਾਰ